Oh,
ਸ਼ੁਕਰ ਹੈ, ਧੰਨਵਾਦ ਹੈ ਸਾਹਿਬ ਏ ਕਮਾਲ ਗੁਰਗੱਦੀ 'ਤੇ ਬਿਰਾਜਮਾਨ ਪ੍ਰਤੱਖ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਬੇਅੰਤ ਰਹਿਮਤਾਂ ਕਰਕੇ ਦਾਸਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਬਖਸ਼ਿਸ਼ਾਂ ਕਰਕੇ ਕੀਰਤਨ ਦੀ ਸੇਵਾ ਲਈ ਹੈ। ਮੇਰੇ ਬਹੁਤ ਸਤਿਕਾਰਯੋਗ ਬਾਬਾ ਹਰਚਰਨ ਸਿੰਘ ਜੀ ਮੁੱਖ ਸੇਵਾਦਾਰ, ਤਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਹੁਕਮ ਲਾ ਕੇ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਆਪ ਸੰਗਤ ਦਾ ਸਮੁੱਚੇ ਤੌਰ 'ਤੇ ਬਹੁਤ 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 ਧੰਨਵਾਦ ਹੈ। ਗੁਰਬਾਣੀ ਦਾ ਕੀਰਤਨ ਕਰਦਿਆਂ ਹੋਇਆਂ ਦਸਿਆਂ ਪਾਸੋਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਗੁਰੂ ਗਰੀਬ ਨਿਵਾਸ ਜੀ ਅਤੇ ਆਪ ਸੰਗਤ ਬਖਸ਼ਣਯੋਗ ਹੋ, ਬਖਸ਼ ਲੈਣਾ ਅਸੀਸ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਕੀਰਤਨ ਦੀਆਂ ਸੇਵਾਵਾਂ ਲੈਂਦੇ ਰਹਿਣ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਮੇਰੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਗੌਰ ਸਾਹਿਬ ਆਪ ਸੰਗਤਾਂ ਵਿੱਚ ਘਰ ਪੁੱਜ ਚੁੱਕੇ ਨੇ, ਸਟੇਜ 'ਤੇ ਬਿਰਾਜਮਾਨ ਨੇ। ਆਪ ਸੰਗਤਾਂ ਨੂੰ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸਾਰੀ ਅਸੀਸ ਬਖਸ਼ਣੀ। ਗੱਜ ਵੱਜ ਕੇ ਫਤਿਹ ਬੁਲਾਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਯਾਦ ਵਿੱਚ ਅਭਿਆਸੀ ਗੁਰਸਿੱਖਾਂ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰਭਗਤੀ ਸ਼ਬਦ ਜਾਪ, ਰੋਜ਼ਾਨਾ 2.5 ਲੱਖ ਮੂਲ ਮੰਤਰ ਜਾਪ, ਰੋਜ਼ਾਨਾ 250 ਪਾਠ ਸੁਖਮਨੀ ਸਾਹਿਬ, 36 ਦਿਨ ਕਥਾ ਕੀਰਤਨ, ਦਿਨ ਦੇ ਸਮੇਂ ਸਕੂਲ ਬੱਚੇ ਗੁਰਬਾਣੀ ਪਾਠ, ਦੁਪਹਿਰ ਸੁਖਮਨੀ ਸੁਸਾਇਟੀਆਂ, ਰਾਤਰੀ ਦੇ ਦੀਵਾਨਾਂ ਵਿੱਚ ਅੱਜ ਗੁਰਭਗਤੀ ਸ਼ਬਦ ਜਾਪ ਦੇ 3ਜੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਥਮ ਰਾਗ ਸ੍ਰੀ ਰਾਗ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਅੰਗ 22 ਤੋਂ 25 ਦੇ ਦਰਮਿਆਨ ਸ਼ਬਦਾਂ ਦਾ ਗਾਇਨ ਕੀਰਤਨ ਵਿੱਚ ਕਰ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਨ੍ਹਾਂ ਨੇ ਮਲਾਰ ਰਾਗ ਦੀ ਪ੍ਰਥਮ ਪੜਤਾਲ ਦਾ ਗਾਇਨ ਕੀਤਾ ਅਤੇ ਸ੍ਰੀ ਰਾਗ ਦੇ ਸ਼ਬਦ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕੀਰਤਨ ਵਿੱਚ ਗਾਇਨ ਕੀਤੀ। ਅੰਤਲਾ ਸ਼ਬਦ ਮੋਹਿ ਨਾ ਵਿਸਾਰੋ ਮੈਂ ਜਨਮ ਤੇਰਾ,
ਇਹ ਭਗਤ ਜੀ ਦਾ ਸ਼ਬਦ ਸੀ ਕਿਉਂਕਿ ਵਿਸ਼ੇ ਮੁਤਾਬਕ ਉਹਨਾਂ ਦਾ ਸਮਾਂ 8 ਵਜੇ ਸਮਾਪਤ ਹੋ ਗਿਆ ਸੀ, ਜਿਸ ਕਾਰਨ ਪ੍ਰੇਮ ਭਗਤੀ ਵਿੱਚ ਉਹਨਾਂ ਦੇ ਹਿਰਦੇ ਦੀ ਵੇਦਨਾ ਪਿਆਰ ਦੇ ਰੂਪ ਵਿੱਚ ਪ੍ਰਵਾਨ ਕਰਨ ਲਈ ਇੱਕ ਸ਼ਬਦ ਕਿਹਾ ਸੀ ਕਿ ਜੋ ਆਪ ਜੀ ਨੂੰ ਭਾਵੇ ਉਹ ਤੁਸੀਂ ਗਾਇਨ ਕਰੋ। ਭਗਤਾਂ ਦਾ ਜੀਵਨ ਭਗਤੀ ਨਾਲ ਭਿੱਜਿਆ ਹੋਇਆ ਹੈ। ਉਸੇ ਪ੍ਰੇਮ ਵਿੱਚ ਉਹਨਾਂ ਨੇ ਭਗਤੀ ਰੂਪ ਵਿੱਚ ਭਗਤ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਸ਼ਬਦ ਗਾਇਨ ਕਰਦਿਆਂ ਹਾਜ਼ਰੀ ਲਵਾਈ। ਬੜੇ ਸੱਜੇ ਢੰਗ ਨਾਲ ਭਾਈ ਸਾਹਿਬ ਸਿੰਘ ਜੀ ਨੇ ਮਲਾਰ ਰਾਗ ਦੀ ਪੜਤਾਲ ਸਾਥੀਆਂ ਸਹਿਤ ਗਾਇਨ ਕੀਤੀ ਹੈ। ਸ਼੍ਰੀ ਰਾਗ ਦੇ ਸਵਰ ਅਤੇ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵੀ ਸ਼੍ਰੀ ਰਾਗ ਵਿੱਚੋਂ ਉਹਨਾਂ ਨੇ ਗਾਇਨ ਕਰਦਿਆਂ ਬਾਖੂਬੀ ਆਪਣੀ ਸੇਵਾ ਕੀਰਤਨ ਰੂਪ ਵਿੱਚ ਨਿਭਾਈ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਣ ਵਾਲਾ ਸਮਾਂ ਪਲ ਇਹਨਾਂ ਨੂੰ ਸਦੈਵ ਪੰਥਕ ਅਸੀਸਾਂ ਬਖਸ਼ਦੇ ਰਹਿਣ, ਤਾਂ ਕਿ ਅਜਿਹੇ ਗੁਣੀ ਅਤੇ ਪਿਆਰ ਭਰੇ ਕੀਰਤਨੀਆਂ ਦੀ ਰਸਨਾ ਤੋਂ ਸਾਨੂੰ ਗੁਰੂ ਜੀ ਦੀ ਬਾਣੀ ਸੁਣਨ ਦਾ ਹੋਰ ਅਤੇ ਹੋਰ ਸੁਭਾਗ ਪ੍ਰਾਪਤ ਹੁੰਦਾ ਰਹੇ। ਭਾਈ ਸਾਹਿਬ ਸਿੰਘ ਜੀ ਦਾ ਨਾਨਕਸਰ ਕੁਟੀਆ ਗੁਰੂ ਘਰ ਵੱਲੋਂ ਸਨਮਾਨ ਨਾਲ ਹੀ ਸਤਸੰਗ ਜੀ ਗੁਰਭਗਤੀ ਸ਼ਬਦ ਜਾਪਦਿਆਂ ਅਤੇ ਤੀਜੇ ਦਿਨ ਪਹਿਲੇ 2 ਦਿਨ ਆਪ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਦਮਦਮੀ ਟਕਸਾਲ ਤੋਂ ਵਰਸਾਏ ਆਦਰਨੀਏ ਸੰਤ ਗਿਆਨੀ ਮਹਿੰਦਰ ਸਿੰਘ ਜੀ ਪੜ੍ਹੀ, ਜਿਨ੍ਹਾਂ ਦਾ ਇਤਿਹਾਸਕ ਵਿਸ਼ਾ ਸੀ ਸ਼੍ਰੀ ਨਨਕਾਣਾ ਸਾਹਿਬ। ਗੁਰੂ ਜੀ ਦੇ ਬਾਲ ਕੌਤਕ ਨਨਕਾਣਾ ਸਾਹਿਬ ਦੀ ਗਾਥਾ ਉਹਨਾਂ ਨੇ ਸਰਵਣ ਕਰਾਈ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਥਮ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਸਨਾ ਤੋਂ ਉਚਾਰਨ ਹੋਈ। ਜਪਜੀ ਸਾਹਿਬ ਦੀ ਬਖਸ਼ਿਸ਼, 2 ਦਿਨ ਸਰਵਣ ਕਰਾਂਗੇ। ਪੰਥ ਰਤਨ ਆਦਨੀਏ ਮਾਨਯੋਗ ਸੰਤ ਗਿਆਨੀ ਮਸਕੀਨ ਜੀ, ਸੰਤ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਦੇ ਅਜੀਜ਼ ਪਰਮ ਪਿਆਰੇ ਅਤੇ ਖਾਲਸਾ ਪੰਥ ਦੀ ਹੋਣਹਾਰ ਸ਼ਖਸੀਅਤ, ਜਿਨ੍ਹਾਂ ਨੂੰ ਅਸੀਂ ਬਹੁਤੀ ਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਸ਼੍ਰੀ ਅੰਮ੍ਰਿਤਸਰ ਤੱਕਦੇ ਹਾਂ, ਅਤੇ ਮੰਜੀ ਸਾਹਿਬ ਤੋਂ ਇਹਨਾਂ ਦੀ ਰਸਨਾ ਤੋਂ ਗੁਰੂ ਜੀ ਦੀ ਬਾਣੀ ਦੇ ਬੋਲ ਵਿਚਾਰ ਰੂਪ ਵਿੱਚ ਅਕਸਰ ਸਰਵਣ ਕਰਦੇ ਹਾਂ। ਖਾਲਸਾ ਪੰਥ ਨੂੰ ਆਦਰਣੀ ਗਿਆਨੀ ਰਣਜੀਤ ਸਿੰਘ ਜੀ ਗੌਹਰ ਅਜਿਹੇ ਵਿਦਵਾਨਾਂ 'ਤੇ ਅਥਾਹ ਮਾਣ ਹੈ। ਉਹਨਾਂ ਦੀ ਰਸਨਾ ਤੋਂ ਗੁਰੂ ਜੀ ਦੀ ਰੱਬੀ ਬਾਣੀ ਦਾ ਰਸ 2 ਦਿਨ ਬਖਸ਼ਿਸ਼ ਰੂਪ ਵਿੱਚ ਸਰਵਣ ਕਰਾਂਗੇ। ਵਿਸ਼ਾ ਹੈ ਸ਼੍ਰੀ ਜਪਜੀ ਸਾਹਿਬ ਦੀ ਬਖਸ਼ਿਸ਼, ਆਨੰਦ ਮਾਨੀਏ ਨਾਲ ਹੀ ਸਨਮਾਨ। ਇੱਕ ਵਾਰ ਰਸਨਾ ਤੋਂ ਸਾਰੇ ਜਪ ਲਵੋ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ